जी हाँ बिल्कुल ठीक, पंजाब दे डूंगे हुंदे जा रहे पानी नूं बचाउण दी बहुत ज़्यादा जरूरत है। खेतीबाड़ी विभाग ने 2013 तो इस लई जंगी पद्धर ते कोशिशां शुरू कर दित्तियां ने ते मानजोग मुख मंत्री पंजाब जी दे दिशा निर्देशां हेठ डॉक्टर मंगल सिंह संधू डायरैक्टर खेतीबाड़ी पंजाब जी की सुचज्जी अगवाई सदका पंजाब विच इस अधीन वड्डी सफलता हासिल कर ली है, जिस तहत चोरनी थलों वड्डी पद्धर ते रकबा कढ़ाया गया है। पर हाले भी डॉक्टर मंगल सिंह संधू डायरैक्टर खेतीबाड़ी पंजाब जी लई वड्डी चुनौती है कि पिंड पिंड विच किसानां नूं किस तरह इस सफलतापूर्वक दस्या जावे तां जो वध तो वध किसान इस दा लाभ उठाउण ते इस दा भी कि ओह किसानां दे मन विचली गल कि कणक झोने दा सही मुल मिल जांदा है ते दूजियां फसलां दा नहीं। ਤਾਂ ਇਸ ਲਈ ਕਿਸਾਨ ਵੀਰੋ ਤੁਹਾਨੂੰ ਕੁਝ ਅਜਿਹੀਆਂ ਗੱਲਾਂ ਸਮਝਣੀਆਂ ਪੈਣਗੀਆਂ ਅਤੇ ਅਪਣਾਉਣੀਆਂ ਪੈਣਗੀਆਂ। ਅੱਜ ਦਾ ਕਿਸਾਨ ਸਿਰਫ ਖੇਤੀ ਤੱਕ ਸੀਮਤ ਨਾ ਹੋ ਨਹੀਂ ਹੋ ਕੇ ਰਹਿ ਸਕਦਾ। ਹੁਣ ਸਵਾਲ ਹੈ ਕਿ ਸਹੀ ਵਰਤੋਂ। ਵੀਰੋ ਤੁਸੀਂ ਆਪਣੀ ਫਸਲ ਨੂੰ ਸਿਰਫ ਮੰਡੀ ਵਿੱਚ ਵੇਚ ਕੇ ਉਸ ਤੋਂ ਆਮਦਨ ਪ੍ਰਾਪਤ ਕਰਦੇ ਹੋ, ਪਰ ਹੁਣ ਉਸਨੂੰ ਮੰਡੀ ਵਿੱਚ ਵੇਚਣਾ ਛੱਡ ਕੇ ਉਸ ਤੋਂ ਹੋਰ ਉਤਪਾਦ ਬਣਾ ਕੇ ਉਸਦੇ ਵਾਜਬ ਮੁੱਲ ਪ੍ਰਾਪਤ ਕਰ ਸਕਦੇ ਹੋ, ਜਿਸ ਤਰ੍ਹਾਂ ਮੱਕੀ। ਇਸ ਤਰ੍ਹਾਂ ਮੱਕੀ ਤੋਂ ਆਟਾ, ਪੌਪਕੋਰਨ, ਸਨੈਕਸ, ਸਟਾਰਚ, ਗਲੂਕੋਜ ਅਤੇ ਹੋਰ 250 ਦੇ ਕਰੀਬ ਆਈਟਮਾਂ ਜੋ ਅਸੀਂ ਤਿਆਰ ਕਰਕੇ ਇਸ ਦਾ ਸਹੀ ਮੁੱਲ ਪਾ ਸਕਦੇ ਹਾਂ। ਇਸ ਦੇ ਨਾਲ ਨਾਲ ਗੰਨੇ ਤੋਂ ਗੁੜ, ਸ਼ੱਕਰ, ਖੰਡ, ਜੂਸ, ਗੱਤਾ, ਬਿਜਲੀ, ਅਲਕੋਹਲ, ਸੋਇਆਬੀਨ ਤੋਂ ਦੁੱਧ, ਖੀਰ, ਸਨੈਕਸ, ਪਨੀਰ, ਤੇਲ, ਦਵਾਈਆਂ, ਬ੍ਰੈਡ, ਸੂਰਜਮੁਖੀ ਤੋਂ ਪਰਫਿਊਮ, ਤੇਲ, ਬਿਸਕਿਟ, ਦਵਾਈਆਂ, ਨੇਲ ਪੇਂਟ, ਸ਼ੈਂਪੂ ਅਤੇ ਹੋਰ ਬਹੁਤ ਸਾਰੇ ਉਤਪਾਦ, ਕਪਾਹ ਤੋਂ ਤੇਲ, ਰੋਈ, ਧਾਗਾ, ਖੁੰਬਾਂ ਤੋਂ ਅਚਾਰ, ਸਿਰਕਾ, ਸਨੈਕਸ, ਜੈਲੀ, ਤੇਲ ਅਤੇ ਬਹੁਤ ਸਾਰੀਆਂ ਚੀਜ਼ਾਂ ਜੋ ਅਸੀਂ ਸਿੱਧੀਆਂ ਫਸਲਾਂ ਤੋਂ ਪ੍ਰਾਪਤ ਨਾ ਕਰ ਉਹਨਾਂ ਦੇ ਉਤਪਾਦਾਂ ਤੋਂ ਇਸ ਦਾ ਸਹੀ ਮੁੱਲ ਲੈ ਸਕਦੇ ਹਾਂ। ਅਤੇ ਅੱਜ ਜ਼ਰੂਰਤ ਹੈ ਸਾਨੂੰ ਇਸ ਪਾਸੇ ਵੱਲ ਤੁਰਨ ਦੀ। ਕਿਸਾਨ ਵੀਰਾਂ ਨੂੰ ਬੇਨਤੀ ਕਰਨੀ ਚਾਹਾਂਗਾ, ਅਪੀਲ ਵੀ ਕਰਨੀ ਚਾਹਾਂਗਾ ਕਿ ਕਿਸਾਨ ਅਤੇ ਕਿਸਾਨ ਬੀਬੀਆਂ ਉਹ ਆਪਣੇ ਖੇਤੀਬਾੜੀ ਵਿਭਾਗ ਦੇ ਨਾਲ ਵੱਧ ਤੋਂ ਵੱਧ ਜਿਹੜਾ ਤਾਲਮੇਲ ਰੱਖਣ ਤਾਂ ਜੋ ਕਿ ਜੋ ਵੀ ਮਹਿਕਮੇ ਵੱਲੋਂ ਨਵੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਨੇ ਔਰ ਜਾਕਰ ਕਿਸੇ ਕਿਸਾਨ ਨੇ ਬਾਅਦ ਦੇ ਸੂਬਿਆਂ ਦੇ ਵਿੱਚ ਕੋਈ ਐਕਸਪੋਜਰ ਵਿਜ਼ਿਟ ਕਰਨੀ ਹੈ ਜਾਂ ਕੋਈ ਉਹ ਨਵਾਂ ਪ੍ਰੋਜੈਕਟ ਉਹ ਸਟਾਰਟ ਕਰਨਾ ਚਾਹੁੰਦਾ ਹੈ, ਕੋਈ ਵੈਲਿਊ ਐਡੀਸ਼ਨ ਵਾਸਤੇ ਕੋਈ ਕੰਮ ਕਰਨਾ ਚਾਹੁੰਦਾ ਹੈ ਤਾਂ ਉਹਨਾਂ ਨੂੰ ਇਹ ਚਾਹੀਦਾ ਹੈ ਕਿ ਜੇਕਰ ਉਹਨਾਂ ਨੂੰ ਕਿਸੇ ਚੀਜ਼ ਦੀ ਟ੍ਰੇਨਿੰਗ ਹੈ ਉਹ ਵਿਭਾਗ ਵੱਲੋਂ ਜਿਹੜੀ ਉਹ ਕਰਵਾਈ ਜਾਵੇਗੀ ਔਰ ਮੈਂ ਸਮਝਦਾ ਕਿ ਇਹ ਹੁਣ ਸਮਾਂ ਆ ਗਿਆ ਹੈ ਕਿ ਸਾਨੂੰ ਫਸਲਾਂ ਦੇ ਪੈਦਾਵਾਰ ਤੋਂ ਅੱਗੇ ਨਿਕਲ ਕੇ ਸਾਨੂੰ ਵੈਲਿਊ ਐਡੀਸ਼ਨ ਵਾਲੇ ਪਾਸੇ ਆਉਣਾ ਪਏਗਾ, ਤਦ ਹੀ ਅਸੀਂ ਆਪਣਾ ਆਰਥਿਕ ਪੱਧਰ ਉੱਚਾ ਚੁੱਕ ਸਕਦੇ ਹਾਂ। ਸੋ ਇਸ ਸੰਬੰਧ ਦੇ ਵਿੱਚ ਮੈਂ ਫਿਰ ਅਪੀਲ ਕਰਦਾ ਹਾਂ ਕਿ ਵੱਧ ਤੋਂ ਵੱਧ ਜਿਹੜਾ ਕਿਸਾਨ ਵੀਰ ਸਾਡੇ ਮਹਿਕਮੇ ਦੇ ਨਾਲ ਤਾਲਮੇਲ ਕਰਕੇ ਜਾਂ ਜਿਹੜੇ ਸਾਡੇ ਜ਼ਿਲ੍ਹਾ ਪੱਧਰ ਦੇ, ਬਲਾਕ ਪੱਧਰ ਦੇ, ਪਿੰਡ ਪੱਧਰ ਦੇ ਕਿਸਾਨ ਸਿਖਲਾਈ ਕੈਂਪ ਲਗਾਏ ਜਾਂਦੇ ਹਨ, ਪ੍ਰਦਰਸ਼ਨੀਆਂ ਲਗਾਈਆਂ ਜਾਂਦੇ ਹਨ, ਉਹਦੇ ਵਿੱਚ ਭਾਗ ਲੈ ਕੇ ਵੱਧ ਤੋਂ ਵੱਧ ਉਹਦਾ ਜਿਹੜਾ ਫਾਇਦਾ ਉਠਾਉਣ ਅਤੇ ਆਪਣੇ ਆਪ ਨੂੰ ਇਸ ਕਾਬਲ ਬਣਾਉਣ ਕਿ ਉਹ ਆਪਣੀਆਂ ਫਸਲਾਂ ਤੋਂ ਵਧੇਰੇ ਝਾੜ ਲੈ ਸਕਣ, ਵਧੇਰੇ ਆਮਦਨ ਜਿਹੜੀ ਉਹ ਪ੍ਰਾਪਤ ਕਰ ਸਕਣ, ਇਸ ਦੇ ਨਾਲ ਹੀ ਉਹ ਆਪਣਾ ਜੀਵਨ ਖੁਸ਼ਹਾਲ ਬਣਾ ਸਕਦੇ ਹਨ। ਕਿਸਾਨ ਵੀਰੋ ਅੱਜ ਜ਼ਰੂਰਤ ਹੈ ਖੇਤੀ ਦੇ ਨਾਲ ਨਾਲ ਆਪਣੀ ਫਸਲ ਨੂੰ ਨਵਾਂ ਰੰਗ ਦੇ ਕੇ ਸਹਾਇਕ ਧੰਦਿਆਂ ਨੂੰ ਅਪਣਾ ਕੇ ਇਸ ਨੂੰ ਨਵਾਂ ਰੰਗ ਦੇ ਸਕ ਦੇਣ ਦੀ। ਉਹ ਕਿਸਾਨ ਜਿਨ੍ਹਾਂ ਇਸ ਨੂੰ ਅਪਣਾ ਲਿਆ ਹੈ ਉਹ ਇਸ ਦਾ ਬਹੁਤ ਲਾਭ ਉਠਾ ਰਹੇ ਹਨ ਅਤੇ ਦੂਸਰਿਆਂ ਲਈ ਮਿਸਾਲ ਬਣ ਚੁੱਕੇ ਹਨ। ਸਿਰਫ ਸਰਕਾਰ ਨੂੰ ਇਹ ਦੋਸ਼ ਦੇਣਾ ਕਿ ਉਹ ਬਦਲਵੀਆਂ ਫਸਲਾਂ ਦੇ ਵਾਜਬ ਮੁੱਲ ਨਹੀਂ ਦੇ ਰਹੀ ਕਿੱਥੋਂ ਕੁ ਤੱਕ ਉਚਿਤ ਹੈ। ਇਸ ਨੂੰ ਬਦਲਣ ਦੀ ਜ਼ਰੂਰਤ ਹੈ, ਇਹਨਾਂ ਫਸਲਾਂ ਨੂੰ ਸਹੀ ਢੰਗ ਨਾਲ ਵਰਤਣ ਦੀ ਜ਼ਰੂਰਤ ਹੈ। ਜੇਕਰ ਅਸੀਂ ਕਣਕ ਝੋਨੇ ਦੇ ਗੇੜ ਨੂੰ ਨਾ ਛੱਡਿਆ ਤਾਂ ਧਰਤੀ ਹੇਠਲਾ ਪਾਣੀ ਡੂੰਘਾ ਹੋਰ ਡੂੰਘਾ ਹੁੰਦਾ ਚੱਲਿਆ ਜਾਵੇਗਾ ਤਾਂ ਅਸੀਂ ਆਪਣੇ ਬੱਚਿਆਂ ਨੂੰ ਅਤੇ ਆਉਣ ਵਾਲੀ ਪੀੜ੍ਹੀਆਂ ਨੂੰ ਬੰਜਰ ਜ਼ਮੀਨ ਦਾ ਤੋਹਫ਼ਾ ਹੀ ਦੇਵਾਂਗੇ।